ਗੁਰੂ ਫਿਲਮ ਦੇ ਯੂਟਿਊਬ ਚੈਨਲ 'ਤੇ ਜੁੜੇ ਸਾਰੇ ਹੀ ਸੱਜਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਦੋਸਤ ਹਰਪਾਲ ਸਿੰਘ ਗੁਰੂ ਅਤੇ ਲੈ ਕੇ ਹਾਜ਼ਰ ਹਾਂ ਜੀ ਇੱਕ ਹੋਰ ਨਵੀਂ ਵੀਡੀਓ। ਕੁਛ ਦਿਨ ਪਹਿਲਾਂ ਸਾਡੇ ਘਰ ਦੇ ਕੋਲ ਇੱਕ ਛੋਟਾ ਜਿਹਾ ਮੇਲਾ ਲੱਗਿਆ ਹੋਇਆ ਸੀ। ਕੋਲੋਂ ਦੀ ਜਦੋਂ ਮੈਂ ਸੜਕ ਤੋਂ ਲੰਘਿਆ ਤਾਂ ਮੈਂ ਅਚਾਨਕ ਰੁਕ ਗਿਆ। ਬੇਸ਼ੱਕ ਇਹ ਮੇਲਾ ਬਹੁਤ ਹੀ ਛੋਟਾ ਸੀ, ਪਰ ਇਸ ਮੇਲੇ ਵਿੱਚ ਚੀਜ਼ਾਂ ਨਾਲੋਂ ਵੱਧ ਕੇ ਮੈਨੂੰ ਇੱਕ ਖਜ਼ਾਨਾ ਲੱਭਿਆ। ਇਸ ਮੇਲੇ ਦਾ ਨਾਮ ਕ੍ਰੀਏਟਿਵ ਕਰਾਫਟ ਫੇਅਰ ਸੀ। ਬੇਸ਼ੱਕ ਇੱਥੇ ਚੀਜ਼ਾਂ ਬਹੁਤੀਆਂ ਨਾ ਹੋਣ, ਪਰ ਜਿੰਨੀਆਂ ਵੀ ਚੀਜ਼ਾਂ ਸੀਆਂ ਉਹ ਬੜੇ ਹੀ ਪਿਆਰ ਨਾਲ ਬਣਾਈਆਂ ਹੋਈਆਂ, ਕਲਾਕਾਰੀ ਦੇ ਬਹੁਤ ਹੀ ਖੂਬਸੂਰਤ ਨਮੂਨੇ। ਅਤੇ ਸਭ ਤੋਂ ਜ਼ਰੂਰੀ ਚੀਜ਼, ਉਹ ਲੋਕ ਜੋ ਇਸ ਮੇਲੇ ਦੇ ਮਾਲਕ ਨੇ। ਹਰ ਸਾਲ 8 ਮਹੀਨੇ ਉਹ ਨਿਊਜ਼ੀਲੈਂਡ ਦੇ ਸ਼ਹਿਰ ਸ਼ਹਿਰ, ਗਲੀ ਗਲੀ ਅਤੇ ਪਾਰਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਆਪਣਾ ਇਹ ਮੇਲਾ ਦਿਖਾਉਂਦੇ ਨੇ ਅਤੇ ਆਪਣਾ ਗੁਜ਼ਾਰਾ ਕਰਦੇ ਨੇ। ਅਤੇ ਸਾਲ ਦੇ ਬਾਕੀ ਬਚੇ 4 ਮਹੀਨੇ ਨਿਊਜ਼ੀਲੈਂਡ ਦੇ ਕਿਸੇ ਖੂਬਸੂਰਤ ਵਾਦੀਆਂ ਵਿੱਚ, ਪਹਾੜਾਂ ਜਾਂ ਸਮੁੰਦਰਾਂ ਕਿਨਾਰਿਆਂ ਦੇ ਕੰਢੇ ਬੈਠ ਕੇ ਆਪਣਾ ਸਮਾਂ ਬਿਤਾਉਂਦੇ ਨੇ। ਜੋ ਖੁਸ਼ੀ ਮੈਨੂੰ ਇਹਨਾਂ ਦੇ ਚਿਹਰਿਆਂ 'ਤੇ ਮਿਲੀ ਸ਼ਾਇਦ ਕਿਸੇ ਹੋਰ 'ਤੇ ਨਾ ਦੇਖਣ ਨੂੰ ਮਿਲੇ, ਅਤੇ ਜੋ ਸਕੂਨ ਇਹਨਾਂ ਦੇ ਦਿਲ ਵਿੱਚ ਸੀ ਉਹ ਸਕੂਨ ਸਾਰੀ ਦੁਨੀਆ ਲੱਭਦੀ ਫਿਰਦੀ ਹੈ। ਹਰ ਇੱਕ ਤਰ੍ਹਾਂ ਦੀ ਕਲਾ ਨਾਲ ਭਰਪੂਰ, ਬੇਸ਼ੱਕ ਉਹ ਸੰਗੀਤ ਹੀ ਕਿਉਂ ਨਾ ਹੋਵੇ। ਅਤੇ ਮੈਨੂੰ ਇਹਨਾਂ ਦੀ ਸਾਦਗੀ ਨੇ ਇਹ ਸੋਚਣ 'ਤੇ ਮਜਬੂਰ ਕਰ ਦਿੱਤਾ ਕਿ ਆਖਿਰ ਮੈਂ ਕਿਹੜੀ ਦੌੜ ਦਾ ਹਿੱਸਾ ਹਾਂ। ਜ਼ਿੰਦਗੀ ਨੂੰ
ਸਮਝਣ ਵਿੱਚ ਕਿੱਥੇ ਗਲਤੀ ਹੋਈ ਹੈ। ਬੇਸ਼ੱਕ ਇਹ ਅਮੀਰ ਨਹੀਂ, ਪਰ ਜੋ ਇਹਨਾਂ ਕੋਲ ਹੈ ਉਹ ਸ਼ਾਇਦ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਨਹੀਂ ਪਾ ਸਕਦਾ। ਇੰਨੇ ਚੰਗੇ ਸੁਭਾਅ ਦੇ ਮਾਲਕ ਕਿ ਬੇਸ਼ੱਕ ਮੈਂ ਉਹਨਾਂ ਨਾਲ ਕੁਝ ਕੁ ਪਲ ਹੀ ਬਿਤਾਏ ਨੇ, ਪਰ ਇਹ ਪਲ ਮੈਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਯਾਦ ਰਹਿਣਗੇ। ਹਮੇਸ਼ਾ ਹੀ ਸਫ਼ਰ ਵਿੱਚ ਰਹਿਣ ਕਰਕੇ ਇਹ ਹਮੇਸ਼ਾ ਆਪਣੀ ਗੱਡੀਆਂ ਵਿੱਚ ਹੀ ਰਹਿੰਦੇ ਨੇ, ਅਤੇ ਇਹ ਗੱਡੀਆਂ ਵੀ ਆਮ ਤੋਂ ਖਾਸ ਇਹਨਾਂ ਦੀ ਕਲਾਕਾਰੀ ਕਰਕੇ ਬਣ ਜਾਂਦੀਆਂ ਨੇ। ਕਲਾਕਾਰੀ ਦਾ ਬਹੁਤ ਹੀ ਵਧੀਆ ਨਮੂਨਾ ਪੇਸ਼ ਕਰਦੇ ਹੋਏ ਇਹ ਆਪਣੀ ਗੱਡੀਆਂ ਇੱਕ ਨਵੀਂ ਵਿਆਹੀ ਵਾਂਗ ਸ਼ਿੰਗਾਰ ਕੇ ਰੱਖਦੇ ਨੇ। ਇਹਨਾਂ ਵਿੱਚ ਹੀ ਇਹ ਰਹਿੰਦੇ ਨੇ, ਖਾਂਦੇ ਨੇ, ਪੀਂਦੇ ਨੇ, ਨਹਾਉਂਦੇ ਨੇ, ਅਤੇ ਮੇਲੇ ਉੱਤੇ ਵੇਚਣ ਵਾਲਾ ਸਮਾਨ ਵੀ ਇਹਨਾਂ ਵਿੱਚ ਹੀ ਰੱਖਦੇ ਨੇ। ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਾਂਗੇ ਜੀ ਕਿਸੇ ਹੋਰ ਵੀਡੀਓ ਵਿੱਚ। ਧੰਨਵਾਦ।